ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ ਯੂਐਸਏ 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 ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਅੱਜ ਨੇ ਸਾਡੇ ਨਾਲ ਟਿਵਾਣਾ ਸਾਹਿਬ ਜਿਹੜੇ ਲੈ ਕੇ ਆਉਂਦੇ ਨੇ ਜੀ ਖਬਰ ਤੇ ਨਜ਼ਰ ਉਹ ਪ੍ਰੋਗਰਾਮ ਲੈ ਕੇ ਆਏ ਨੇ ਜੀ ਅੱਜ ਸਾਡਾ ਪ੍ਰੋਗਰਾਮ ਹੋਊਗਾ ਸ਼ਹੀਦ ਭਗਤ ਸਿੰਘ ਜੀ ਤੇ ਜਿਹਦੇ ਵਿੱਚ ਉਹ ਗੈਸਟ ਸਪੀਕਰ ਵੀ ਲੈ ਕੇ ਆਉਣਗੇ ਸਤਿ ਸ੍ਰੀ ਅਕਾਲ ਟਿਵਾਣਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਤੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਤਿ ਸ੍ਰੀ ਅਕਾਲ ਸਲਾਮ ਅਰਜਾ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਪੰਜਾਬ ਦੀਆਂ ਹਵਾਵਾਂ ਫਿਜ਼ਾਵਾਂ ਚੋਂ ਉਸ ਮੁਕੱਦਸ ਧਰਤੀ ਤੋਂ ਜਿਸ ਤੇ ਤੁਸੀਂ ਅਕਸਰ ਖਾਬ ਆਪਣੇ ਸੁਪਨਿਆਂ ਦੇ ਵਿੱਚ ਵੇਖਦੇ ਹੋ ਸੋ ਕੱਲ ਦਾ ਜਿਹੜਾ ਦਿਨ ਸੀਗਾ ਤੁਹਾਡੇ ਅੱਜ ਹੈ ਤੇ ਸਾਡੇ ਕੱਲ ਸੀ 28 ਸਤੰਬਰ ਤਾਂ ਸ਼ਾਇਦ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਤੇ ਸਾਡੇ ਨਾਲ ਇਸ ਵਕਤ ਲਾਈਨ ਤੇ ਨੇ ਗੋਬਿੰਦਰ ਸੋਹਲ ਜੀ ਗੋਬਿੰਦਰ ਸਿੰਘ ਸੋਹਲ ਜੀ ਤੁਹਾਡਾ ਸਵਾਗਤ ਹੈ ਪੰਜਾਬ ਰੇਡੀਓ ਤੇ ਥੈਂਕ ਯੂ ਜੀ ਮਿਹਰਬਾਨੀ ਸੋਹਲ ਸਾਹਿਬ ਉਹ ਸ਼ਖਸੀਅਤ ਨੇ ਜੀ ਜਿਹਨਾਂ ਨੇ ਮਸਵਰੀ ਦੇ ਖੇਤਰ ਦੇ ਵਿੱਚ ਇਹਨਾਂ ਦਾ ਜਿਹੜਾ ਕਾਫੀ ਵੈਸੇ ਤਾਂ ਕੰਮ ਹੈ ਸ਼ੋਭਾ ਸਿੰਘ ਸਲਾਹ ਸ਼ੋਭਾ ਸਿੰਘ ਹੋਰਾਂ ਦੇ ਇਹ ਸਟੂਡੈਂਟ ਵੀ ਰਹੇ ਨੇ ਤੇ ਇਹਨਾਂ ਦਾ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਇੱਕ ਤਸਵੀਰ ਜਿਹੜੀ ਅਸੀਂ ਵੇਖਦੇ ਹਾਂ ਤੇ ਕਾਫੀ ਚਰਚਿਤ ਵੀ ਹੈ ਪੰਜਾਬ ਦੀ ਇੱਕ ਵੱਖਰੀ ਕਿਸਮ ਦੀ ਜਵਾਨੀ ਦੇ ਵਿੱਚ ਕਿ ਜਿਸ ਦੇ ਨਾਲ ਉਹ ਪਹਿਲੀ ਵਾਰੀ ਪਿਸਟਲ ਦੇ ਨਾਲ ਨਜ਼ਰ ਆਏ ਨੇ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਸਾਰਾ ਹੀ ਤਕਰੀਬਨ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਪਿਸਟਲ ਨਹੀਂ ਸੀ ਦਿਖਾਇਆ ਹੋਇਆ ਸੋ ਉਸ ਪੋਸਟਰ ਨੂੰ ਬਣਾਉਣ ਵਾਲੇ ਗੋਬਿੰਦਰ ਸੋਹਲ ਸਾਡੇ ਨਾਲ ਲਾਈਨ ਤੇ ਨੇ ਸੋਹਲ ਸਾਹਿਬ ਇਹ ਦੱਸੋ ਪਹਿਲਾਂ ਆਪਣੀ ਥੋੜੀ ਆਪਣੇ ਬਾਰੇ ਜਾਣਕਾਰੀ ਦਿਓ ਕਿ ਤੁਹਾਡੀ ਸ਼ਖਸੀਅਤ ਕੀ ਹੈ ਕਿੱਥੋਂ ਤੁਸੀਂ ਇਹ ਮਸਵਰੀ ਦੇ ਨਾਲ ਮੁਹੱਬਤ ਸ਼ੁਰੂ ਕੀਤੀ ਐਕਚੁਅਲੀ ਬਚਪਨ ਤੋਂ ਹੀ ਮੈਨੂੰ ਸੀ ਸ਼ੌਂਕ ਪੇਂਟਿੰਗ ਦਾ ਜੀ ਤੇ ਇਹ ਸ਼ੌਂਕ ਕਦੋਂ ਵਧਿਆ ਕਦੋਂ ਪ੍ਰਫੁੱਲਿਤ ਹੋ ਗਿਆ ਇਹ ਅੱਜ ਤੱਕ ਦੇ ਜਿੰਨੇ ਸਾਲ ਮੈਂ ਗੁਜ਼ਾਰ ਚੁੱਕਿਆ ਪਤਾ ਨਹੀਂ ਲੱਗਿਆ ਕਿਉਂਕਿ ਇਹਦੇ ਵਿੱਚ ਮੈਂ ਜਿਵੇਂ ਕਹਿੰਦੇ ਨੇ ਵੀ ਬਚਪਨ ਤੋਂ ਹੀ ਜਿੰਨਾ ਜਿਵੇਂ ਸਰਦਾਰ ਭਗਤ ਸਿੰਘ ਉਹਨਾਂ ਨੂੰ ਦੇਸ਼ ਭਗਤੀ ਦਾ ਚਾਅ ਜਾਂ ਸ਼ੌਂਕ ਸੀ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਔਰ ਡਰਾਇੰਗ ਦਾ ਸ਼ੌਂਕ ਸੀ ਗੁਰੂ ਸਾਹਿਬਾਂ ਦੇ ਪੋਰਟਰੇਟਸ ਦੇਖਦੇ ਸੀ ਸਾਨੂੰ ਮਹਿਸੂਸ ਹੋਇਆ ਵੀ ਸ਼ਾਇਦ ਕੋਈ ਮਸ਼ੀਨਾਂ ਹੀ ਬਣਾਉਂਦੀਆਂ ਕਿਸੇ ਬੰਦੇ ਦੇ ਪਾਸ ਦਾ ਰੋਗ ਨਹੀਂ ਤੇ ਜਦੋਂ ਪਤਾ ਲੱਗਾ ਕਿ ਵੀ ਇਹ ਇੱਕ ਆਰਟਿਸਟ ਨੇ ਬਣਾਈਆਂ ਨੇ ਜਿਸ ਦਾ ਨਾਮ ਸਰਦਾਰ ਸੋਭਾ ਸਿੰਘ ਹੈ ਤਮੰਨਾ ਹੋਈ ਕਿ ਸਰਦਾਰ ਸੋਭਾ ਸਿੰਘ ਨੂੰ ਮਿਲਿਆ ਜਾਵੇ ਜੀ ਕਢਾਣੀ ਕਲਾਂ ਲੁਧਿਆਣਾ ਦੇ ਲਾਗੇ ਪਿੰਡ ਹੈ ਤੇ ਉਮਰ ਤੁਹਾਡੀ ਕਿੰਨੀ ਹੈ ਇਸ ਵਕਤ ਮੇਰੀ ਉਮਰ ਹੁਣ ਹੈਗੀ ਹੈ ਜੀ 53 ਮੇਰਾ ਬਚਪਨ ਮੇਰੇ ਜੱਦੀ ਪਿੰਡ ਕਢਾਣੀ ਕਲਾਂ ਤੋਂ ਵਿੱਚ ਹੀ ਵਿਖਿਆ ਸੋਹਲ ਸਾਹਿਬ ਇਹ ਦੱਸੋ ਕਿ ਜਦੋਂ ਤੁਸੀਂ ਇਹ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਪਿਸਟਲ ਵਾਲਾ ਜਿਹੜਾ ਪੋਸਟਰ ਬਣਾਇਆ ਹਾਂਜੀ ਇਸ ਤੋਂ ਪਹਿਲਾਂ ਕੋਈ ਪੋਸਟਰ ਤੁਸੀਂ ਵੇਖਿਆ ਸੀ ਜਿਸ ਦੇ ਵਿੱਚ ਸ਼ਹੀਦ ਆਜ਼ਮ ਦੇ ਕੋਲ ਪਿਸਟਲ ਜਾਂ ਕੋਈ ਹਥਿਆਰ ਸੀ ਨਹੀਂ 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 ਉਹ ਮੈਂ ਐਕਚੁਅਲੀ ਬਚਪਨ ਤੋਂ ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਸੀ ਉਹਨਾਂ ਦਾ ਕਾਪੀਆਂ ਦੇ ਉੱਤੇ ਸਿਰਫ ਦੇਸ਼ ਭਗਤਾਂ ਦੀਆਂ ਤਸਵੀਰਾਂ ਹੁੰਦੀਆਂ ਸੀ ਭਗਤ ਸਿੰਘ ਸ਼ਿਵਾ ਜੀ ਮਹਾਰਾਣਾ ਪ੍ਰਤਾਪ ਝਾਂਸੀ ਕਰਾਣੀ ਇਸ ਤਰ੍ਹਾਂ ਦੇ ਉੱਤੇ ਇੱਕ ਉਸ ਟਾਈਮ ਅੰਦਰ ਤਸਵੀਰ ਬਣੀ ਸੀ ਵੀ ਕਿਸੇ ਵੀ ਨੌਜਵਾਨ ਦੇ ਮੁੱਛਾਂ ਲਾ ਕੇ ਟੋਪੀ ਪਾ ਦਿਓ ਤੇ ਭਗਤ ਸਿੰਘ ਬਣ ਜਾਂਦਾ ਪਰ ਜਦੋਂ ਜਿਉਂ ਜਿਉਂ ਵੱਡੇ ਹੋਏ ਅਸਲੀਅਤ ਦਾ ਪਤਾ ਲੱਗਾ ਵੀ ਭਗਤ ਸਿੰਘ ਵੀ ਇੱਕ ਸਾਡੇ ਵਾਂਗੂ ਪੈਦਾ ਹੋਇਆ ਤੇ ਉਸਦੀ ਓਰਿਜਿਨਲ ਸ਼ਕਲ ਵੀ ਹੈ ਤੇ ਉਹ ਮੇਰੀ ਤੜਫਣਾ ਜਿਹੜੀ ਸੀ ਉਹ ਮੈਂ ਇਹਨਾਂ ਦੀ ਫੈਮਿਲੀ ਵੱਲ ਗਈ ਤੇ ਮੈਂ ਬੀਬੀ ਅਮਰ ਕੌਰ ਨੂੰ ਮਿਲਿਆ ਲੱਕੀਲੀ ਬੀਬੀ ਅਮਰ ਕੌਰ ਦੀ ਡੈਥ ਤੋਂ 2 ਮਹੀਨੇ ਪਹਿਲਾਂ ਮੈਂ ਉਹਨਾਂ ਨੂੰ ਮਿਲਿਆ ਜੀ ਕਿਹੜੀ ਜਗ੍ਹਾ ਪੰਜਾਬ ਚ ਲੁਧਿਆਣੇ ਆਰਤੀ ਥੀਏਟਰ ਦੇ ਸਾਹਮਣੇ ਮੇਰੇ ਖਿਆਲ ਡਾਕਟਰ ਜਗਮੋਹਨ ਦੇ ਮਦਰ ਸੀਗੇ ਇਹ ਤੇ ਇਹਨਾਂ ਨੂੰ ਵੀ ਮਿਲਿਆ ਡਾਕਟਰ ਜਗਮੋਹਨ ਨੂੰ ਵੀ ਮਿਲਿਆ ਬੜਾ ਅੱਛਾ ਲੱਗਿਆ ਤੇ ਉਹਨਾਂ ਨੇ ਉਹ ਘਰ ਫਿਰ ਮੈਂ ਦੇਖੀਆਂ ਫੋਟੋਗ੍ਰਾਫ ਦੇਖੀ ਉਹਨਾਂ ਦੇ ਓਰਿਜਿਨਲ ਤਸਵੀਰਾਂ ਦੇਖੀਆਂ ਜਿਹੜਾ ਚਿਹਰਾ ਮੈਂ ਲਿਆ ਹੋਇਆ ਉਹ ਇੱਕ ਗਰੁੱਪ ਮੇਰੇ ਖਿਆਲ ਕਾਲਜ ਦੀ ਤਸਵੀਰ ਸੀ ਸਰਦਾਰ ਭਗਤ ਸਿੰਘ ਦੀ ਉਹ ਪਿੱਛੇ ਖੜੇ ਨੇ ਇਹ ਥੋੜੀ ਜਿਹੀ ਮੈਂ ਐਜ਼ ਏ ਆਰਟਿਸਟ ਮੈਂ ਥੋੜਾ ਖਿੱਚ ਦਿੱਤਾ ਪੱਗ ਨੂੰ ਥੋੜਾ ਜਿਹਾ ਕੱਸਿਆ ਚਿਹਰਾ ਉਹੀ ਹੈ ਐਕਸ਼ਨ ਨੀਚੇ ਸਾਰਾ ਮੈਂ ਡਰਾਇੰਗ ਆਪ ਕਰਕੇ ਬਾਕੀ ਮੇਰੇ ਪਾਕਿਸਤਾਨ ਨਾਲ ਕਾਫੀ ਦੋਸਤ ਨੇ ਜਿਹੜੇ ਉਹਨਾਂ ਦੀ ਹੈਲਪ ਨਾਲ ਲਾਹੌਰ ਤੋਂ ਹੈ ਮੇਰੇ ਦੋਸਤ ਨੇ ਮਿਸਟਰ ਜਵੇਦ ਉਹਨਾਂ ਨੇ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਮੈਂ ਯਾਰ ਤੁਹਾਡਾ ਐਸ ਐਸ ਪੀ ਆਫਿਸ ਤੇ ਡੀ ਏ ਵੀ ਕਾਲਜ ਕਿੱਥੇ ਕਿੱਥੇ ਨੇ ਕਿਸ ਤਰ੍ਹਾਂ ਹੈ ਉਹਨੇ ਮੈਨੂੰ ਫੋਟੋ ਖਿੱਚ ਕੇ ਲਿਆ ਕੇ ਦਿੱਤੀ ਐਸ ਐਸ ਪੀ ਆਫਿਸ ਹੈ ਇੱਥੇ ਡੀ ਏ ਵੀ ਕਾਲਜ ਹੈ ਇਹਨੂੰ ਹੁਣ ਤੂੰ ਦੇਖ ਲੈ ਕਿਵੇਂ ਕਰਨਾ ਤੇ
ਉੱਥੇ ਜਿਸ ਦਰਖਤ ਦੇ ਨੇੜੇ ਖੜਾ ਸੀ ਭਗਤ ਸਿੰਘ ਵੇਟ ਕਰ ਰਿਹਾ ਸੀ, ਐਕਚੁਅਲੀ ਮਾਰਨਾ ਤਾਂ ਇਹਨਾਂ ਨੇ ਉਹ ਇਸ ਸਕੌਟ ਨੂੰ ਸੀ ਤੇ ਸਾਂਡਰਸ ਨੂੰ ਮਾਰ ਦਿੱਤਾ ਗਿਆ ਜੀ। ਤੇ ਉਹ ਚਿਹਰਾ ਫਿਰ ਮੈਂ ਉਹੀ ਐਕਸ਼ਨ ਮੇਰਾ ਆਪਣਾ ਤੇ ਜਿਹੜੀ ਨੌਜਵਾਨ ਪੀੜ੍ਹੀ ਜਾਂ ਕਹਿ ਲਓ ਜਿਹਨਾਂ ਨੂੰ ਥੋੜਾ ਜਿਹਾ ਬਲਬਲਾ ਹੈ ਸੀ ਉਹਨਾਂ ਲੋਕਾਂ ਨੇ ਬਹੁਤ ਪਸੰਦ ਕੀਤੀ ਤਸਵੀਰ ਇਹ, ਜਿਹੜੇ ਅਕਸਰ ਮੋਟਰਸਾਈਕਲ ਦੇ ਪਿੱਛੇ ਪੋਸਟਰ ਲਵਾ ਲੈਂਦੇ ਨੇ ਭਗਤ ਸਿੰਘ ਦਾ ਤੇ ਕਹਿੰਦੇ ਖੰਗੇ ਸੀ ਤਾਂਹੀਓ ਟੰਗੇ ਸੀ, ਉਹ ਮਾਨਸਿਕਤਾ ਨੇ ਇਹਨੂੰ ਪਸੰਦ ਕੀਤਾ। ਬਿਲਕੁਲ ਬਿਲਕੁਲ ਬਿਲਕੁਲ। ਪਰ ਤੁਹਾਨੂੰ ਨੀ ਲੱਗਦਾ ਤੁਸੀਂ ਭਗਤ ਸਿੰਘ ਨੂੰ ਸਟੱਡੀ ਕਿੰਨਾ ਕੁ ਕੀਤਾ ਇਸ ਪੋਸਟਰ ਨੂੰ ਬਣਾਉਣ ਤੋਂ ਪਹਿਲਾਂ, ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਲਿਖਤਾਂ ਤੁਸੀਂ ਪੜ੍ਹੀਆਂ? ਲਿਖਤਾਂ ਮੇਰੇ ਕੋਲ ਬੁੱਕ ਤਾਂ ਉਹਨਾਂ ਦੀ ਮੈਂ ਕਿਹਾ ਡਾਕਟਰ ਜਗਮੋਹਨ ਦੀ ਲਿਖੀ ਹੋਈ ਆ ਉਹ। ਅੱਛਾ। ਉਹਦੇ ਵਿੱਚ ਮੈਕਸੀਮਮ ਤਾਂ ਇਹਨਾਂ ਨੇ ਨਾ ਜਿਵੇਂ ਪ੍ਰੋਫੈਸਰ ਜਗਮੋਹਨ ਨਾਲ ਵੀ ਮੇਰੀ ਗੱਲ ਹੁੰਦੀ ਰਹੀ ਆ ਵੀ ਉਹਨਾਂ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਵੀ ਪਿਸਟਲ ਨਹੀਂ ਸੀ ਹੋਣਾ ਚਾਹੀਦਾ, ਉਹ ਤਾਂ ਕਿਤਾਬਾਂ ਹੀ ਪੜ੍ਹ ਸੀ ਮੈਂ ਕਿਹਾ ਆਖਰੀ ਸਮੇਂ ਤੱਕ ਜਦੋਂ ਉਹਨਾਂ ਦੀ ਫਾਸੀ ਦੇ ਵਿੱਚ ਕੁਝ ਸੈਕਿੰਡ ਬਾਕੀ ਸੀ। ਹਾਂਜੀ ਹਾਂ, ਸ਼ਾਇਦ ਕਿਤਾਬਾਂ ਹੀ ਅਗਰ ਪੜ੍ਹਦੇ ਰਹੇ ਸੀ ਤੇ ਇਹਨਾਂ ਨੇ ਕਿਵੇਂ ਅੰਗਰੇਜ਼ ਭਜਾ ਲਏ, ਕਿਉਂਕਿ ਥੋੜਾ ਜਿਹਾ ਉਹ ਬਜ਼ੁਰਗ ਕਈ ਦਫ਼ਾ ਲੈ ਕੇ ਦੇਣਾ ਵੀ ਜੋਸ਼ ਔਰ ਹੋਸ਼ ਦੋਨੋਂ ਦੀ ਚਾਹੀਦੀਆਂ ਨੇ, ਪਰ ਅਗਰ ਭਗਤ ਸਿੰਘ ਹੋਣੀ ਜਾਂ ਚੰਦਰ ਸ਼ੇਖਰ ਆਜ਼ਾਦ ਹੋਣੀ ਜਿੰਨੇ ਇਹ ਮੁੰਡੇ ਅਗਰ ਨਾ ਸਰਗਰਮ ਹੁੰਦੇ ਮੈਨੂੰ ਨਹੀਂ ਉਮੀਦ ਵੀ ਅੰਗਰੇਜ਼ ਭਰ ਸਕਦੇ ਸੀ ਇੱਥੋਂ, ਟੋਟਲੀ ਗਾਂਧੀਵਾਦੀ ਵੀ ਮੇਰੇ ਹਿਸਾਬ ਨਾਲ ਨਹੀਂ ਚੱਲਦੀ ਹਨਾ। ਇਹਨਾਂ ਦਾ ਇਸ ਪੋਸਟਰ ਨੂੰ ਤੁਸੀਂ 1992 ਚ ਬਣਾਇਆ ਸੀ? ਇਹ ਮੈਂ 94 ਚ ਰਿਲੀਜ਼ ਕੀਤਾ ਸੀ, 94 ਦੇ ਵਿੱਚ। ਅੱਛਾ, ਇਸ ਪੋਸਟਰ ਤੋਂ ਭਾਜੀ ਤੁਹਾਨੂੰ ਕੋਈ ਰਾਇਲਟੀ ਵਗੈਰਾ ਆਉਂਦੀ ਕੁਛ? ਰਾਇਲਟੀ ਐਕਚੁਅਲੀ ਮੈਂ ਕਿਸੇ ਨੂੰ ਰਾਈਟਸ ਨਹੀਂ ਦਿੱਤੇ, ਮੈਂ ਖੁਦ ਹੀ ਇਹਨੂੰ ਪਬਲਿਸ਼ ਕੀਤਾ, ਖੁਦ ਹੀ ਡਿਸਟ੍ਰੀਬਿਊਟ ਕੀਤਾ। ਅੱਛਾ ਜੀ, ਤੇ ਮਿਹਰਬਾਨੀ ਸਰਦਾਰ ਭਗਤ ਸਿੰਘ ਦੀ, ਉਹਨਾਂ ਨੇ ਮਰ ਕੇ ਵੀ ਮੇਰੇ ਵਰਗੇ ਬੰਦੇ ਨੂੰ ਫੇਮਸ ਕੀਤਾ, ਤੇ ਕਈ ਸਾਲ ਤਾਂ ਜਿਹੜੇ ਜਾਂ 95 ਤੋਂ ਲੈ ਕੇ 2000 ਤੱਕ ਤਾਂ ਲੰਗਰ ਪਾਣੀ ਚੱਲਦਾ ਹੀ ਇਸ ਤਸਵੀਰ ਨਾਲ ਰਿਹਾ। ਅੱਛਾ ਜੀ, ਮਸਲਾ ਇਹ ਕਿੰਨਾ ਕੁ, ਕਿਉਂਕਿ ਪੰਜਾਬ ਚ ਰਾਇਲਟੀ ਭਾਵੇਂ ਟੇਪਾਂ ਦੀ ਹੋਵੇ ਜਾਂ ਆਪਦੇ ਪਾਇਰੇਸੀ ਇੰਨੀ ਹੈ, ਕਿੰਨਾ ਕੁ ਤੁਹਾਨੂੰ ਮਤਲਬ ਇਸ ਤਸਵੀਰ ਤੋਂ ਰੈਵਨਿਊ ਕਿਹਾ ਜਾ ਸਕਦਾ, ਜਿਸ ਤਰ੍ਹਾਂ ਤੁਸੀਂ 2000 ਤੱਕ ਰੈਵਨਿਊ ਆਖਿਆ, ਉਸ ਤੋਂ ਬਾਅਦ ਸ਼ਾਇਦ ਲੱਗਦਾ ਪਾਇਰੇਸੀ ਵਾਲੇ ਮਾਰ ਗਏ ਤੁਹਾਨੂੰ? ਆਵਾਂਗੇ ਜਿਸ ਤਰ੍ਹਾਂ ਅੱਜ ਕੱਲ ਫਿਲਮਾਂ ਦਾ ਜਾਂ ਮਿਊਜ਼ਿਕ ਦਾ ਚੱਲ ਰਿਹਾ ਵੀ ਕਾਪੀਆਂ ਹੋ ਰਹੀਆਂ ਨੇ, ਇਸ ਤਰ੍ਹਾਂ ਮੇਰੇ ਨਾਲ ਵੀ ਹੋਇਆ, ਕਿਉਂਕਿ ਹੁਣ ਲੋਕਾਂ ਨੇ ਇਹਦੀ ਕਾਪੀ ਕਰ ਦਿੱਤੀ ਹੈ, ਫਿਰ ਵੀ ਜਿਹੜੇ ਕੁਛ ਪੜ੍ਹੇ ਲਿਖੇ ਲੋਕ ਨੇ ਉਹ ਓਰੀਜਨਲ ਦੀ ਡਿਮਾਂਡ ਹੀ ਕਰਦੇ। ਤੁਹਾਡਾ ਨਾਮ ਕਹਿੰਦਾ ਉਸ ਪੋਸਟਰ ਦੇ ਨੀਚੇ ਹੈਗਾ? ਹਾਂ, ਰਾਈਟ ਰਾਈਟ। ਇਹ ਵੀ ਮੈਂ ਇਹਨੂੰ ਫਿਰ ਤੁਸੀਂ ਕਿਸ ਤਰ੍ਹਾਂ ਸੇਲ ਕੀਤਾ, ਕਿਸ ਤਰ੍ਹਾਂ ਮਤਲਬ ਤੁਸੀਂ ਇਹਦਾ ਪਰ ਪੀਸ ਸੇਲ ਕਰਦੇ ਰਹੇ? ਮੈਂ ਐਕਚੁਅਲੀ ਪ੍ਰਿੰਟ ਕਰਾਉਂਦਾ ਸੀ ਦਿੱਲੀ ਤੋਂ, ਤੇ ਜਿਹੜੇ ਮੇਨ ਡਿਸਟ੍ਰੀਬਿਊਟਰ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਇਹਨਾਂ ਨੂੰ ਮੈਂ ਦੇ ਜਾਂਦਾ ਸੀ, ਉਹ ਅੱਗੇ ਫਿਰ ਡਿਸਟ੍ਰੀਬਿਊਟ ਕਰਦੇ। ਉਹ ਇਹ ਵੀ ਆਰਟਿਸਟ ਤਾਂ ਨਹੀਂ ਇੰਨਾ ਕਮਾਉਂਦਾ, ਜਿਹੜੇ ਬਿਜ਼ਨਸਮੈਨ ਨੇ ਬਹੁਤ ਲੈ ਜਾਂਦੇ। ਮੈਨੂੰ ਕਈਆਂ ਨੇ ਕਿਹਾ ਵੀ ਤੇਰੀ ਤਸਵੀਰ ਦੀ ਕਾਪੀ ਹੋ ਗਈ ਤੂੰ ਕੇਸ ਕਰ ਦੇ, ਯਾਰ ਕੇਸ ਤਾਂ ਕਰ ਜਾਂਗੇ, ਜਿੰਨਾ ਕਲਾਕਾਰਾਂ ਦਾ ਮੇਰੇ ਸਿਰ ਤੋਂ ਲੰਗਰ ਪਾਣੀ ਚੱਲ ਰਿਹਾ, ਮੇਰੇ ਖਿਆਲ ਮੈਨੂੰ ਆਪਣੇ ਘਰ ਖੰਡ ਪਾਠ ਕਰਾਉਣ ਦੀ ਲੋੜ ਨਹੀਂ, ਚਲੀ ਜਾਂਦਾ ਤੇ ਚਲੀ ਜਾਣ ਦਿਓ। ਇਸ ਤੋਂ ਬਿਨਾਂ ਸੋਹਲ ਸਾਹਿਬ ਇਹ ਦੱਸੋ, ਤੁਹਾਡਾ ਹੋਰ ਵੀ ਕੋਈ ਚਿੱਤਰ ਜ਼ਿਆਦਾ ਚਰਚਿਤ ਹੈ ਜਾਂ ਹੋਰ ਕਿਹੜਾ ਚਿੱਤਰ ਤੁਸੀਂ? ਹਾਂਜੀ, ਐਕਚੁਅਲੀ ਸਿੱਖ ਇਤਿਹਾਸ ਮੈਂ ਕਾਫੀ ਕੀਤਾ। ਅੱਛਾ, ਕਿਹੜੇ ਕਿਹੜੇ ਮਸਲਾਂ? ਮਾਤਾ ਗੁਜਰੀ ਛੋਟੇ ਸਾਹਿਬਜ਼ਾਦਾ ਨਾਲ ਹੈ ਜਿਹੜੀ ਨਾ, ਉਹ ਕਾਫੀ ਫੇਮਸ ਹੈ, ਜਿਹੜੇ ਜਿਹੜੇ ਮੁਲਕ ਮੈਂ ਨਹੀਂ ਵੀ ਗਿਆ ਉੱਥੇ ਵੀ ਉਹ ਤਸਵੀਰ ਹੈ, ਸਰਦਾਰ ਭਗਤ ਸਿੰਘ ਵੀ ਉੱਥੇ ਬਹੁਤ ਨੇ, ਮਾਤਾ ਗੁਜਰੀ ਛੋਟੇ ਸਾਹਿਬ। ਹੁਣ ਦਸੰਬਰ ਚ ਸਭਾ ਤੇ ਬੱਚਿਆਂ ਦਾ ਸ਼ਹੀਦੀ ਦਿਹਾੜਾ ਆਉਣਾ ਤੇ ਫਤਿਹਗੜ੍ਹ ਸਾਹਿਬ ਚੱਲਦੀ, ਤੇ ਸਾਰੇ ਪੰਜਾਬ ਤਸਵੀਰ ਇਹੀ ਲੱਗੀ ਹੁੰਦੀ ਹੈ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ। ਤੇ ਮੇਰੀ ਸਭ ਤੋਂ ਵੱਡੀ ਕਮਾਈ ਤਾਂ ਇਹੀ ਹੈ ਕਿ ਇਹਨਾਂ ਨੂੰ ਫੇਮਸ ਕਰ ਦਿੱਤਾ ਹੈ ਪਬਲਿਕ ਨੇ, ਹੁਣ ਤਾਂ ਸ਼੍ਰੋਮਣੀ ਕਮੇਟੀ ਵੀ ਛਾਪਣ ਲੱਗ ਗਈ ਇਹਨਾਂ ਨੂੰ, ਮਾਤਾ ਗੁਜਰੀ ਵਾਲਾ ਜਿਹੜਾ ਨਾ। ਹਾਂਜੀ ਹਾਂਜੀ ਹਾਂਜੀ। ਮੇਰੀ ਐਕਚੁਅਲੀ ਉਸ ਦਾ ਕੀ ਰਿਸਪੋਂਸ ਮਿਲਿਆ? ਉਸ ਦੀ ਤਾਂ ਕਾਪੀ ਨਹੀਂ ਹੋ ਰਹੀ ਮਾਤਾ ਗੁਜਰੀ ਵਾਲੀ? ਉਸ ਦੀ ਬਹੁਤ ਕਾਪੀ ਹੋਈ ਹੈ ਜੀ, ਉਸ ਦੀ ਵੀ ਕਾਪੀ ਹੋਈ ਹੈ। ਉਸ ਤੋਂ ਕਿੰਨਾ ਤੁਹਾਨੂੰ ਮਤਲਬ ਰੈਵਨਿਊ ਕਿਹਾ ਜਾ ਸਕਦਾ ਹੈ? ਰੈਵਨਿਊ ਹੈ ਇਕੱਠੀ ਚੱਲਦੀ ਰਹੀ ਹੈ, 94 ਚ ਮੈਂ ਸਰਦਾਰ ਭਗਤ ਸਿੰਘ ਪਬਲਿਸ਼ ਕੀਤਾ, 5 ਚ ਮੈਂ ਮਾਤਾ ਗੁਜਰੀ ਨੂੰ ਕੀਤਾ। ਇਹਨਾਂ ਤਸਵੀਰਾਂ ਨੂੰ ਲੋਕਾਂ ਦੇ ਦਿਲਾਂ ਚ ਬੈਠਣ ਵਾਸਤੇ ਸਾਲ ਕੁ ਤਾਂ ਲੱਗਿਆ, ਪਰ ਇੱਕ ਗੱਲ ਮੇਰੇ ਮਨ ਚ ਖਟਕਦੀ ਹੈ, ਜਿਸ ਤਰ੍ਹਾਂ ਉਹ ਲੋਕ ਜਿਹੜੇ ਅਹਿੰਸਾ ਦਾ ਰਾਗ ਅਲਾਪ ਕੇ ਆਪਣੇ ਆਪ ਨੂੰ, ਜਿਸ ਤਰ੍ਹਾਂ ਹੁਣ 2 ਅਕਤੂਬਰ ਆ ਰਹੇ ਹੈ, ਹਿੰਦੁਸਤਾਨ ਦੇ ਰਾਸ਼ਟਰਪਿਤਾ ਗਾਂਧੀ ਜੀ ਨੂੰ ਜਿਹੜਾ ਨੋਨ ਵਾਇਲੈਂਸ ਡੇ ਹੈ, ਅਹਿੰਸਾ ਦਿਵਸ ਹੈ, ਉਹ ਉਹਨਾਂ ਨੂੰ ਯੂਨੈਸਕੋ ਵੱਲੋਂ ਸਮਰਪਿਤ ਹੋ ਗਿਆ, ਤੁਹਾਨੂੰ ਨੀ ਲੱਗਦਾ ਉਹ ਜਿਹੜੇ ਲੋਕ ਸੀ ਰਾਜਗੁਰੂ, ਸੁਖਦੇਵ, ਭਗਤ ਸਿੰਘ ਹਾਰਾਂ ਜੋਗੇ ਰਹਿ ਗਏ ਨੇ, ਸੱਤਾ ਦੇ ਝੂਠੇ ਆਗੂ ਕੁਰਸੀ ਉੱਤੇ ਬਹਿ ਗਏ ਨੇ, ਕਿ ਇਸ ਪੋਸਟਰ ਦੀ ਬਣਾ ਤੇ ਭਗਤ ਸਿੰਘ ਦਾ ਉਹ ਅਕਸ ਵਿਗਾੜ ਕੇ ਜਿਹੜਾ ਉਹ ਚਾਹੁੰਦਾ ਸੀ, ਜਿਹੜਾ ਆਪਣੀ ਮੌਤ ਸਾਹਮਣੇ ਦਿਸਦੀ ਸੀ, ਦੁਨੀਆ ਦੇ ਇਤਿਹਾਸ ਦੇ ਵਿੱਚ ਉਹ ਪਹਿਲਾ ਵਿਅਕਤੀ ਹੋਵੇਗਾ, ਉਹ ਉਦੋਂ ਵੀ ਸ਼ਬਦ ਨਾਲ ਜੁੜਿਆ ਹੋਇਆ ਸੀ, ਮੌਤ ਦੇ ਵਿੱਚ ਕੁਝ ਸੈਕਿੰਡ ਦਾ ਫਾਸਲਾ ਸੀ, ਉਹ ਉਦੋਂ ਵੀ ਪੜ੍ਹ ਰਿਹਾ ਸੀ,
ਕਿ ਉਸਦੇ ਹੱਥ ਦੇ ਵਿੱਚ ਪਿਸਟਲ ਦਿਖਾਉਣਾ ਕਿਤੇ ਨਾ ਕਿਤੇ ਤੁਹਾਨੂੰ ਜ਼ਿਆਦਤੀ ਨੀ ਲੱਗ ਰਹੀ? ਨਹੀਂ 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 ਸੁਣੋ, ਮੇਰੇ ਹਿਸਾਬ ਨਾਲ ਅਸਲ ਚ ਹਿੰਸਾਵਾਦੀ ਤਾਂ ਸਰਦਾਰ ਭਗਤ ਸਿੰਘ ਹੀ ਸੀ ਜਿਹੜਾ ਕਿ ਵਾਇਲੈਂਸ ਨਹੀਂ ਸੀ ਪਸੰਦ ਕਰਦਾ। ਇਹ ਹੁਣ ਮਹਾਤਮਾ ਗਾਂਧੀ ਜੀ ਨੂੰ ਕਹੀ ਜਾਂਦੇ ਨੇ ਵੀ ਇਹ ਹਿੰਸਾਵਾਦੀ ਸੀ, ਅਹਿੰਸਾ ਨਹੀਂ ਸੀ ਚਾਹੁੰਦੇ। ਐਕਚੁਲੀ ਚਾਹੁੰਦੇ ਤਾਂ ਇਹ ਨਹੀਂ ਸੀ ਮੁੰਡੇ ਰਾਜਗੁਰੂ ਨਹੀਂ, ਪਰ ਸੋਲ ਸਾਹਿਬ ਗੱਲ ਉਹੀ ਹੈ ਕਿਉਂਕਿ ਜੇ ਕਹਿੰਦੇ ਆ ਨਾ ਵੀ ਬੰਦਾ ਐਂ ਕਿਸੇ ਦਾ ਕੰਮ ਏਦਾਂ ਹੀ ਹੋ ਜਾਏ, ਜਿਸ ਤਰ੍ਹਾਂ ਜੋ ਭਗਤ ਸਿੰਘ ਸੀਗਾ ਉਸ ਦਾ ਜਿਹੜਾ ਫਲਸਫਾ ਸੀ, ਜਿੰਨੀਆਂ ਕਿਤਾਬਾਂ ਉਸਨੇ ਪੜ੍ਹੀਆਂ ਹੋਰ ਸ਼ਹੀਦਾਂ ਨੇ ਸ਼ਾਇਦ ਓਨੀਆਂ ਨਹੀਂ ਪੜ੍ਹੀਆਂ ਹੋਣੀਆਂ, ਤਾਂ ਹੀ ਤੇ ਸ਼ਾਇਦ ਸ਼ਹੀਦ ਆਜ਼ਮ ਦਾ ਰੁਤਬਾ ਉਹਨਾਂ ਨੂੰ ਮਿਲਿਆ, ਭਾਵੇਂ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਜਾਂ ਹੋਰ ਕਿੰਨੇ ਲੋਕ ਨੇ ਜਿਹਨਾਂ ਦੀਆਂ ਸ਼ਹਾਦਤਾਂ ਬਾ ਕਮਾਲ ਨੇ, ਲਸਾਨੀ ਨੇ, ਜਿਨ੍ਹਾਂ ਤੋਂ ਸ਼ਹੀਦ ਭਗਤ ਸਿੰਘ ਪ੍ਰਭਾਵਿਤ ਵੀ ਰਿਹਾ, ਉਹਨਾਂ ਦੀਆਂ ਫੋਟੋਆਂ ਆਪਣੇ ਹਿੱਕ ਨਾਲ ਲਾਈ ਰੱਖਦਾ ਸੀ। ਬਿਲਕੁਲ ਬਿਲਕੁਲ, ਮੇਰੇ ਦਿਮਾਗ 'ਚ ਇਹ ਗੱਲ ਖਟਕਦੀ ਹੈ ਕਿ ਅਗਰ ਕਿਤੇ ਨਾ ਕਿਤੇ ਤੁਸੀਂ ਉਸ ਚੀਜ਼ ਨੂੰ ਰਿਅਲਾਈਜ਼ ਕਰੋ, ਠੀਕ ਹੈ ਪ੍ਰੋਫੈਸ਼ਨ ਹੈ ਸਾਡਾ ਵੀ ਹੋ ਸਕਦਾ ਤੁਹਾਡਾ ਵੀ ਹੋ ਸਕਦਾ, ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਉਹ ਪੋਸਟਰ ਵਾਪਸ ਲੈ ਲੈਂਦੇ ਹੋ ਕਿ ਉਸ ਫਲਸਫੇ ਨੂੰ ਇਸ ਦੇ ਨਾਲ ਠੇਸ ਪੁੱਜੀ ਹੈ, ਉਹ ਲੋਕ ਜਿਹੜੇ ਅਹਿੰਸਾ ਦਾ ਰਾਗ ਅਲਾਪ ਕੇ ਆਪਣੇ ਆਪ ਨੂੰ ਦੁਨੀਆਂ ਦੇ ਰਾਸ਼ਟਰ ਤੇ ਅਹਿੰਸਾਵਾਦੀ ਹੋਣ ਦਾ ਡਰਾਮਾ ਕਰ ਰਹੇ ਨੇ, ਭਾਵੇਂ ਕਿ ਉਹਨਾਂ ਦੀਆਂ ਬੱਕਰੀਆਂ ਵੀ ਬਦਾਮ ਖਾਂਦੀਆਂ ਸੀ, ਤੁਹਾਨੂੰ ਨੀ ਲੱਗਦਾ ਤੁਸੀਂ ਇਸ ਪੋਸਟਰ ਨੂੰ ਵਾਪਸ ਲੈ ਕੇ ਸ਼ਾਇਦ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਜ਼ਿਆਦਾ ਸਮਰਪਿਤ ਹੋ ਸਕਦੇ ਹੋ? ਨਹੀਂ, ਪ੍ਰੋਗਰਾਮ ਤਾਂ ਮੇਰਾ ਹੈ ਐਕਚੁਅਲੀ, ਮੈਂ ਇਹਦੇ ਤੋਂ ਇਲਾਵਾ ਹੋਰ ਵੀ ਕਈ ਪੋਰਟਰੇਟਸ ਕੀਤੇ ਸਾਹਿਬ ਭਗਤ ਸਿੰਘ ਦੇ, ਕਿਉਂਕਿ ਜਿਹੜਾ ਤੁਸੀਂ ਉਹ ਪਿਸਟਲ ਵਾਲਾ ਦਿਖਾ ਦਿੱਤਾ ਨਾ, ਉਹਦੇ ਚ ਭਗਤ ਸਿੰਘ ਦੀ ਜਿਹੜੀ ਸੋਚ ਹੈ ਉਸ ਨੂੰ ਮੈਂ ਸਮਝਦਾ ਕਿ 99% ਗਲਤ ਦਿਖਾਇਆ ਜਾ ਰਿਹਾ, ਤੁਹਾਡਾ ਕੀ ਨਜ਼ਰੀਆ? ਨਹੀਂ, ਮੈਂ ਤਾਂ ਇਸ ਨੂੰ ਗਲਤ ਨਹੀਂ ਮੰਨਦਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਹਿੰਸਾ ਅਹਿੰਸਾ ਦੀ ਗੱਲ ਕੀਤੀ ਹੈ, ਮੇਰੀ ਜਿਹੜੀ ਫੀਲਿੰਗ ਹੈ ਹਿੰਸਾ ਜਿਹੜੀ ਹੈ ਇਹੀ ਨੌਜਵਾਨ ਮੁੰਡੇ ਸੀਗੇ ਜਿਹੜੇ ਚਾਹੁੰਦੇ ਸੀ ਸਾਡੇ ਮੁਲਕ 'ਚ ਪੀਸ ਰਹੇ, ਸ਼ਾਂਤੀ ਰਹੇ। ਅਰੇ ਸ਼ਾਂਤੀ ਇੱਕ ਦਫਾ ਤਾਂ ਕੁਛ ਹਥਿਆਰ ਚੱਕਣਾ ਬਹੁਤ ਜ਼ਰੂਰੀ ਹੈ। ਮੈਂ ਤਾਂ ਹੁਣ ਹਾਲਾਂਕਿ ਮੇਰਾ ਪ੍ਰੋਫੈਸ਼ਨ ਪੇਂਟਿੰਗ ਦਾ, ਰੰਗਾਂ ਬੁਰਸ਼ਾਂ ਨਾਲ ਮੇਰਾ ਤਾਲਮੇਲ ਰਹਿੰਦਾ, ਜਿਸ ਤਰ੍ਹਾਂ ਦੇ ਹਾਲਾਤ ਹਿੰਦੁਸਤਾਨ 'ਚ ਹੈਗੇ ਨੇ ਹੁਣ ਵੀ ਨੇ, ਕਦੇ ਕਦੇ ਮੇਰਾ ਵੀ ਦਿਲ ਇਹ ਕਰਦਾ ਬੁਰਸ਼ ਛੱਡ ਕੇ ਪਿਸਲ ਚੁੱਕਾਂ ਤਾਂ ਕਿ ਸਿੱਧੇ ਮਤਲਬ ਪਬਲਿਕ ਨੂੰ। ਬਿਲਕੁਲ, ਉਹ ਗੱਲ ਤੁਹਾਡੀ ਅਸਲ ਸਭ ਉਹ ਗੱਲ ਵਾਜਬ ਹੈ ਕਿਉਂਕਿ ਜ਼ੁਲਮ ਸਹਿਣਾ ਵੀ ਜ਼ੁਲਮ ਕਰਨ ਵਾਂਗੂ ਹੋ ਜਾਂਦਾ ਹੈ। ਬਿਲਕੁਲ ਬਿਲਕੁਲ, ਪਰ ਅਗਰ ਤੁਸੀਂ ਇਸ ਪੋਸਟਰ ਤੋਂ ਤੁਹਾਡਾ ਹੁਣ ਰੈਵਨਿਊ ਦਾ ਜਾਂ ਉਸਦਾ ਕੋਈ ਜ਼ਰੀਆ ਨਹੀਂ ਹੈ, ਸਾਰੀਆਂ ਕਾਪੀਆਂ ਹੋ ਚੁੱਕੀਆਂ ਨੇ, ਅੱਜ ਦੀ ਡੇਟ ਤੇ ਰਾਤੀ ਮੇਰੇ ਜ਼ਿਹਨ 'ਚ ਇਹ ਗੱਲ ਆਈ ਕਿ ਅਗਰ ਗੋਬਿੰਦਰ ਸਿੰਘ ਸੋਹਲ, ਗੋਬਿੰਦਰ ਸੋਹਲ ਇਸ ਪੋਸਟਰ ਨੂੰ ਵਾਪਸ ਲੈ ਲੈਂਦਾ ਤਾਂ ਉਸ ਫਲਸਫੇ ਨੂੰ ਬਲ ਮਿਲੇਗਾ ਜਾਂ ਨਹੀਂ ਮਿਲੇਗਾ? ਭਗਤ ਸਿੰਘ ਦੀ ਜਿਹੜੀ ਪੜ੍ਹਨ ਵਾਲੀ ਸੋਚ ਸੀ, ਫਲਸਫੇ ਵਾਲੀ ਸੋਚ, ਦੇਖੋ ਇਹ ਤਾਂ ਬਿਲਕੁਲ ਸਹੀ ਹੈ ਵੀ ਪੜ੍ਹਨ ਵਾਲਾ ਬੰਦਾ ਐਡਾ ਕੋਈ ਵਾਇਲੈਂਟ ਨਹੀਂ ਹੋ ਸਕਦਾ, ਜਾਂ ਜਿਵੇਂ ਕਹਿੰਦੇ ਕੋਈ ਭਗਤੀ ਕਰਦਾ ਹੋਵੇ, ਕੋਈ ਹਰ ਦਿਲੋਂ ਭਗਤ ਹੋਵੇ, ਠੰਡੀ ਬਰਫਾਂ 'ਚ ਬੈਠ ਕੇ ਤਪੱਸਿਆ ਕਰੇ, ਉਹਨੂੰ ਗੁੱਸਾ ਨਹੀਂ ਆਉਂਦਾ। ਕਿਉਂਕਿ 19 ਅਕਤੂਬਰ 1929 ਨੂੰ ਸਰਦਾਰ ਭਗਤ ਸਿੰਘ ਨੇ ਪੰਜਾਬ ਸਟੂਡੈਂਟ ਕਾਂਗਰਸ ਦੇ ਨਾਂ ਤੇ ਸੰਦੇਸ਼ ਭੇਜਿਆ ਸੀ, ਜਿਸ ਦੇ ਵਿੱਚ ਕਿਹਾ ਸੀ ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਟਲ ਅਪਣਾਉਣ ਲਈ ਨਹੀਂ ਆਖ ਸਕਦੇ, ਇਹਨਾਂ ਨੇ ਉਦਯੋਗਿਕ ਖੇਤਰਾਂ ਦੀਆਂ ਗੰਦੀਆਂ ਬਸਤੀਆਂ, ਗੁਰਬਤ ਮਾਰੇ ਲੋਕਾਂ, ਟੁੱਟੀਆਂ ਫੁੱਟੀਆਂ ਝੌਂਪੜੀਆਂ ਦੇ ਵਿੱਚ ਜਾ ਕੇ ਆਵਾਮ ਨੂੰ ਸੁਚੇਤ ਕਰਨਾ, ਨਾ ਕਿ ਪਿਸਟਲ ਫੜਨਾ। ਬਿਲਕੁਲ 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 ਸਹੀ ਹੈ। ਸੋ ਮੈਨੂੰ ਉਮੀਦ ਹੈ ਕਿ ਜਿਹੜਾ ਮੈਸੇਜ ਹੈ, ਕਿਉਂਕਿ ਸ਼ਹੀਦ ਆਜ਼ਮ ਦਾ ਤੁਸੀਂ ਜਿਹੜਾ ਫਲਸਫਾ ਹੈ ਉਸ ਦੇ ਧਾਰਨੀ ਕੋਈ ਹੋਰ ਵੀ ਇਸ ਤਰ੍ਹਾਂ ਦਾ ਬਾਕਮਾਲ ਆਪਣੀ ਮੁਸਵਰੀ ਕਰਕੇ ਜਿਸ ਤਰ੍ਹਾਂ ਤੁਹਾਡੇ ਇਸ ਪੋਸਟਰ ਨੂੰ ਲੋਕਾਂ ਨੇ ਪਸੰਦ ਕੀਤਾ, ਇਸ ਤਰ੍ਹਾਂ ਦਾ ਕੋਈ ਹੋਰ ਪੋਸਟਰ ਜਿਸ ਦੇ ਵਿੱਚ ਸ਼ਹੀਦ ਭਗਤ ਸਿੰਘ ਪੜ੍ਹਦਾ ਦਿਖਾਇਆ ਜਾਵੇ, ਉਸ ਦੇ ਫਲਸਫੇ ਦੀ ਰੋਸ਼ਨੀ ਦੇ ਵਿੱਚ ਤੁਸੀਂ ਹੋਰ ਰੋਸ਼ਨ ਕਰ ਸਕੋ, ਇਹ ਮੈਂ ਵਾਅਦਾ ਲੈਣਾ ਚਾਹਾਂਗਾ ਅੱਜ ਪੰਜਾਬੀ ਰੇਡੀਓ ਤੇ ਕਿ ਤੁਸੀਂ ਇਸ ਤਰ੍ਹਾਂ ਦਾ ਪੋਸਟਰ ਆਉਣ ਵਾਲੇ ਸਮੇਂ 'ਚ ਜ਼ਰੂਰ ਲਓਗੇ, ਤੇ ਜਦੋਂ ਤੱਕ ਮੈਂ ਤੁਹਾਨੂੰ ਗੁਜ਼ਾਰਿਸ਼ ਕੀਤੀ ਆਪਣੇ ਸਰੋਤਿਆਂ ਦੀ ਬਣਾ ਤੇ, ਕਿਉਂਕਿ ਇਸ ਫਲਸਫੇ ਨੂੰ ਤੁਸੀਂ ਸ਼ਾਇਦ ਇਸ ਫਲਸਫੇ ਦੇ ਆਧਾਰ ਤੇ ਤੁਸੀਂ ਇਸ ਪੋਸਟਰ ਨੂੰ ਵਾਪਸ ਲੈਣ ਦਾ ਵੀ ਮਨ ਬਣਾਓਗੇ। ਚਲੋ ਕੋਸ਼ਿਸ਼ ਕਰਾਂਗੇ, ਵੈਸੇ ਜਿਹੜਾ ਮੇਰੀ ਫੀਲਿੰਗ ਹੈ ਉਹ ਮੈਂ ਕੱਢ ਲਈ ਹੈ, ਉਹ ਜਿਹੜਾ ਮੈਂ ਇਸ ਨੂੰ ਲਊਂਗਾ, ਕਿਉਂਕਿ ਸਰਦਾਰ ਭਗਤ ਸਿੰਘ ਅਖੀਰੇ ਟਾਈਮ ਤੱਕ ਪੜ੍ਹਦੇ ਰਹੇ ਨੇ, ਮੈਂ ਹੁਣ ਉਹਨਾਂ ਦਾ ਓਰੀਜਨਲ ਫੋਟੋਗ੍ਰਾਫ ਮੇਰੇ ਕੋਲ ਹੈ, ਮੈਂ ਉਹਨਾਂ ਨੂੰ ਲੈ ਕੇ ਕੁਛ ਬੁੱਕਸ ਰੱਖ ਕੇ ਉਹਨਾਂ ਨਾਲ ਬਣਾਵਾਂਗੇ। ਬਾਕੀ ਜਿਹੜਾ ਲਫ਼ਜ਼ ਹੈ ਸ਼ਹੀਦ ਆਜ਼ਮ, ਜਿਹੜਾ ਲਫ਼ਜ਼ ਹੈ ਨਾ, ਉਹ ਸਿਰਫ ਸਰਦਾਰ ਭਗਤ ਸਿੰਘ ਨਾਲ ਹੀ ਜੱਚਦਾ। ਮੈਨੂੰ ਕਈ ਇੱਥੇ ਸਪੋਰਟਸ ਕਲੱਬਾਂ ਨੇ ਬਹੁਤ ਸਾਰਿਆਂ ਨੇ ਆਨਰ ਕੀਤਾ ਹੈ, ਈਵਨ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਸੀਗੇ ਜਿਹੜੇ ਉਹਨਾਂ ਨੂੰ ਇਹ ਫੋਲੋ ਕਰਦੇ ਸੀਗੇ, ਸ਼ਹੀਦ ਏ ਆਜ਼ਮ ਕਰਤਾਰ ਸਿੰਘ ਸਰਾਭਾ ਇਹਦੀ ਜਾਨ ਨਹੀਂ ਪੈਂਦੀ ਜਿਹਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੱਜਦਾ।
ਮਤਲਬ ਲੋਕੀ ਅਣਜਾਣਤਾ ਦੇ ਵਸ ਕਹੀ ਜਾਂਦੇ ਆ, ਮਤਲਬ ਗੱਲ ਤੇ ਇੱਥੋਂ ਤੱਕ ਹੈ ਜੀ, ਪਿੱਛੇ ਜੇ ਸਰਦਾਰ ਬਿਆਨ ਸਿੰਘ ਤੁਹਾਡੇ ਪਿੰਡਾਂ ਦੇ ਲਾਗੇ ਪਟਿਆਲਾ ਦੇ ਵਿੱਚ ਇਵੈਂਟ ਹੋਇਆ ਇਹਨਾਂ ਸਰਦੀਆਂ ਦੇ ਵਿੱਚ, ਤਾਂ ਪਟਿਆਲੇ ਵਿਆਹ ਦੇ ਇੱਕ ਕਾਰ ਆਈ, ਉੱਥੇ ਦੇਖਿਆ ਮੈਂ ਪੋਸਟ ਲਿਖਿਆ ਸੀ ਸ਼ਹੀਦ ਆਜ਼ਮ ਸਰਦਾਰ ਬਿਆਨ ਸਿੰਘ ਯਾਦਗਾਰੀ ਖੇਡਾਂ, ਕਿਉਂਕਿ ਜਦੋਂ ਅਸੀਂ ਸਾਹਿਬ ਦੇ ਕਮਾਲ ਦਾ ਨਾਂ ਲੈਂਦੇ ਹਾਂ ਜਾਂ ਜਿਹੜਾ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਂ ਲੈਂਦੇ ਹਾਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਨਾਂ ਲੈਂਦੇ ਹਾਂ, ਤਾਂ ਸਾਨੂੰ ਅਗਲਾ ਨਾਂ ਲੈਣ ਦੀ ਸ਼ਾਇਦ ਜ਼ਰੂਰਤ ਨਹੀਂ। ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ ਤਾਂ ਸਾਨੂੰ ਅਰਜਨ ਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿਹੜੀ ਤਸਵੀਰ ਹੈ ਜ਼ਿਹਨ ਚ ਆ ਜਾਂਦੀ ਹੈ। ਸੋ ਪਰ ਫਿਰ ਵੀ ਬਹੁਤ ਸਾਰੇ ਜਿਹੜੇ ਜਾਣੇ ਅਣਜਾਣੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ। ਸੋ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਵੀ ਕੋਈ ਜਿਹੜਾ ਤਸਵੀਰ ਸਾਹਮਣੇ ਲਿਆਓਗੇ ਕਿ ਜਿਸ ਨੂੰ ਪੰਜਾਬੀ ਪੜ੍ਹ ਕੇ ਉਸ ਫਲਸਫੇ ਦੇ ਦਾਅਵੇ ਕਰਨ। ਬਿਲਕੁਲ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਭੈਣ ਬਲਵਿੰਦਰ ਜੀ, ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ? ਜੀ, ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਿ ਇਹਨਾਂ ਨੇ ਪੰਜਾਬੀ ਰੇਡੀਓ ਯੂਐਸਏ ਤੇ ਆ ਕੇ ਆਪਣੇ ਸਾਡੇ ਨਾਲ ਡਿਸਕਸ ਕੀਤੇ ਆ ਕਿ ਇਹਨਾਂ ਨੇ ਜਿਹੜੀ ਪਿਕਚਰ ਬਣਾਈ ਆ ਉਹਨਾਂ ਦੀ। ਤੇ ਗੋਬਿੰਦਰ ਸਿੰਘ ਸੋਹਲ ਜੀ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਸੋਹਲ ਸਾਹਿਬ, ਓਕੇ ਜੀ, ਥੈਂਕ ਯੂ, ਥੈਂਕ ਯੂ ਜੀ। ਸੋ ਸਤਿਕਾਰ ਸਰੋਤਿਓ, ਇਹ ਸੀ ਗੋਬਿੰਦਰ ਸੋਹਲ ਜੀ, ਜਿਨ੍ਹਾਂ ਦਾ ਚਰਚਿਤ ਪੋਸਟਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਪਿਸਤਲ ਵਾਲੀ ਜਿਹੜੀ ਤਸਵੀਰ ਹੈ ਕਾਫੀ ਚਰਚਿਤ ਰਿਹਾ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀ ਮਸਵਰੀ ਦੇ ਵਿੱਚ ਇਸ ਤਰ੍ਹਾਂ ਹੋਰ ਮਾਰ ਕੇ ਮਾਰਦੇ ਰਹਿਣਗੇ।